ਪਰਚਾ ਤਾਂ ਪਹਿਲਾਂ ਚੱਲ ਰਿਹਾ ਇੱਕ ਉਹ ਥੋੜ੍ਹਾ ਜਿਹਾ ਗਰਮ ਹੋ ਸਕਦਾ ਕਿ ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧਿਆ ਵੇ ਭੁੱਖਿਆਂ ਨੂੰ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ ਗੁਰੂ ਰਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਗੱਲ ਸਮਝਣ ਦੀ ਆ ਜੇ ਆਰਾਮ ਨਾਲ ਬਹਿ ਕੇ ਪੂਰਾ ਗਾਣਾ ਸੁਣ ਲੈਂਦੇ ਨਾ ਤੇ ਸ਼ਾਇਦ ਕੋਈ ਆਉਂਦਾ ਹੀ ਨਾ ਉਹ ਪਹਿਲੀ ਗੱਲ 'ਤੇ ਨਿਕਲੇ ਅਗਲੀ ਗੱਲ ਸੀ ਅਸੀਂ ਉਹਦੇ ਵਿੱਚ ਇਹ ਵੀ ਬੋਲਿਆ ਕਿ ਸਾਡੇ ਧਰਮ ਦੇ ਵਿੱਚ ਵੀ ਬਹੁਤ ਚਾਰ ਚਾਰ ਪੰਜ ਪੰਜ ਗੁਰਦੁਆਰੇ ਬਣਾਏ ਗਏ ਆ ਆਹ ਫਲਾਣੀ ਜਾਤੀ ਦਾ ਗੁਰਦੁਆਰਾ ਇਹਦੇ ਵਿੱਚ ਆ ਜਾਣਗੇ ਆ ਜੱਟਾਂ ਦਾ ਗੁਰਦੁਆਰਾ ਇਹ 'ਚ ਜੱਟ ਹੀ ਜਾਣਗੇ ਉਹਦੇ 'ਚ ਇਹ ਗੱਲ ਕੀਤੀ ਗਈ ਸੀ ਪਹਿਲਾਂ ਤਾਂ ਵੀਰ ਸਿੰਘ ਲਈ ਤਾੜੀ ਲਓ ਇਹ ਗੱਲ ਇਹਨਾਂ ਕੀਤੀ ਆ ਵਾਹ ਬਾਬਾ ਨਜ਼ਮੀ ਲਿਖਦਾ ਕਿ ਜਿਸ ਧਰਤੀ 'ਤੇ ਰਜਵਾਂ ਟੁੱਕੜ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਧਰਤੀ ਦੇ ਹਾਕਮ ਸੂਰ ਹਮੇਸ਼ਾ ਪੂੰਜੀਪਤੀਆਂ ਦਾ ਰਾਜ ਰਿਹਾ ਅਮੀਰ ਅਮੀਰ ਹੋਈ ਜਾਂਦਾ ਗਰੀਬ ਗਰੀਬ ਹੋਈ ਜਾਂਦਾ ਉਹਦੇ ਬੋਲ ਸੀ ਕਿ ਗਾਤਰੇ ਜਨਹੂ ਤੇ ਕਰੋਸ ਗਲ ਪਾ ਲਏ ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ ਆ ਚੌਧਰਾਂ ਦੇ ਭੁੱਖਿਆਂ ਸੂਲ ਸਾਰੇ ਖਾ ਲਏ ਕਿ ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲਏ ਤੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜੂਰਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਜਿਹੜੀ ਕਿਸਾਨੀ ਆ ਪੰਜਾਬ ਦੇ ਜਿਹੜੇ ਲੋਕ ਆ ਜਾਂ ਭਾਰਤ ਦੇ ਜਿਹੜੇ ਲੋਕ ਆ ਕੁਝ ਸੂਬਿਆਂ ਦੇ ਵਿੱਚ 70-80% ਜਿਹੜੇ ਲੋਕ ਆ ਉਹ ਕਿਸਾਨੀ 'ਤੇ ਨਿਰਭਰ ਕਰਦੇ ਆ ਕਿਸਾਨੀ ਦੇ ਮਾਧਿਅਮ ਨਾਲ ਉਹਨਾਂ ਦਾ ਜਿਹੜਾ ਕਾਰੋਬਾਰ ਚੱਲਦਾ ਆ ਉਹਦੇ ਵਿੱਚ ਜੇ ਆਪਾਂ ਇਹ ਕਹਿ ਲਈਏ ਕਿ ਸ਼ਹਿਰੀ ਵਰਗ ਆ ਉਹ ਵੀ ਉਹਦੀਆਂ ਜੜ੍ਹਾਂ ਜਾਂ ਉਹਦੀਆਂ ਰਗਾਂ ਦੇ ਵਿੱਚ ਵੀ ਜਿਹੜਾ ਆ ਉਹ ਕਿਸਾਨੀ ਦਾ ਖੂਨ ਹੀ ਦੌੜਦਾ ਆ ਕਿਉਂਕਿ ਕਿਸਾਨੀ ਜਿਹੜੀ ਆ ਉਹ ਘਰਾਂ ਘਰਾਂ ਤੱਕ ਪਹੁੰਚਦੀ ਆ ਜੋ ਅਸੀਂ ਅੰਨ ਅਨਾਜ ਖਾਂਦੇ ਹਾਂ ਮੈਂ ਬਹੁਤ ਧੰਨਵਾਦ ਕਰਦਾ ਬਹੁਜਨ ਸਮਾਜ ਦਾ ਸਾਡੇ ਵੀਰ ਜਿਹੜੇ ਇੱਥੇ ਪਹੁੰਚੇ ਆ ਬਹੁਜਨ ਸਮਾਜ ਤੋਂ ਇਸ ਕਰਕੇ ਮੈਂ ਕਿਹਾ ਕਿ ਕਿਸੇ ਪਾਰਟੀ ਨਾਲ ਕੋਈ ਤਾਲੁਕ ਨਹੀਂ ਆ ਕਿਉਂਕਿ ਜਿਹੜਾ ਇੱਕ ਦਲਿਤ ਸ਼ਬਦ ਆ ਜਾਂ ਕੋਈ ਹੋਰ ਸ਼ਬਦ ਤੁਸੀਂ ਜਾਤੀਵਾਚਕ ਜਾਂ ਜਾਤੀਵਾਦ ਦੇ ਅਧੀਨ ਕੋਈ ਸ਼ਬਦ ਬੋਲਦੇ ਹੋ ਬਹੁਤ ਛੋਟਾ ਹੁੰਦਾ ਸੋ ਹਮੇਸ਼ਾ ਬਹੁਤ ਸਾਰੇ ਸਮੇਂ ਤੋਂ ਜਾਂ ਬਹੁਤ ਪੁਰਾਣੇ ਸਮੇਂ ਤੋਂ ਤੁਸੀਂ ਇਹ ਲਾ ਲਓ ਕਿ ਸਾਨੂੰ ਹਮੇਸ਼ਾ ਵੰਡਿਆ ਗਿਆ ਭਾਵੇਂ ਉਹ ਜਾਤੀਆਂ ਦੇ ਦੌਰਾਨ ਹੋਵੇ ਭਾਵੇਂ ਉਹ ਕਾਸਟਿਜ਼ਮ ਹੋਵੇ ਜਾਂ ਧਰਮ ਹੋਵੇ ਉਹਦੇ ਅਧੀਨ ਸਾਨੂੰ ਵੰਡਿਆ ਗਿਆ ਇਹ ਜ਼ਿਆਦਾਤਰ ਮੈਨੂੰ ਉਦੋਂ ਪਤਾ ਚੱਲਿਆ ਖੈਰ ਇਸ ਤੋਂ ਇਲਾਵਾ ਅਸੀਂ ਕਾਲਜ ਯੂਨੀਵਰਸਿਟੀਆਂ 'ਚੋਂ ਨਿਕਲੇ ਉਦੋਂ ਕੋਈ ਇੰਨਾ ਇਸ ਚੀਜ਼ ਦਾ ਹੈ ਨਹੀਂ ਸੀ ਕਿਉਂਕਿ ਸਾਡੇ ਯਾਰ ਦੋਸਤ ਸਾਰੇ ਧਰਮਾਂ ਦੇ ਸੀਗੇ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਪੜ੍ਹੇ ਅਸੀਂ ਸਭ ਦੇ ਨਾਲ ਸਾਂਝਾ ਖਾਧਾ ਆ ਭਾਵੇਂ ਅੱਜ ਅਸੀਂ ਖਾਨ ਸਾਹਿਬ ਦੇ ਘਰੋਂ ਆਏ ਹਾਂ ਖਾਨ ਸਾਹਿਬ ਦੇ ਘਰੋਂ ਬ੍ਰੇਕਫਾਸਟ ਕਰਕੇ ਆਏ ਹਾਂ ਤਾਂ ਉਹ ਕੋਈ ਮਸਲਾ ਨਹੀਂ ਕਿ ਇਹ ਵੀਰ ਮੁਸਲਿਮ ਆ ਜਾਂ ਉਹ ਵੀਰ ਈਸਾਈ ਆ ਜਾਂ ਕੋਈ ਕਿਹੜੀ ਜਾਤੀ ਦਾ ਮਸਲਾ ਇਹ ਆ ਕਿ ਤੁਸੀਂ ਇੱਕ ਪੰਜਾਬ ਦੇ ਇੱਕ ਹਿੱਤਾਂ ਦੇ ਲੋਕ ਹੋ ਸੋ ਹਮੇਸ਼ਾ ਸਾਨੂੰ ਵੰਡਿਆ ਗਿਆ ਜਦੋਂ ਸਾਡਾ ਗਾਣਾ ਆਇਆ ਪਿੱਛੇ ਜੇ ਹੁਣ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਸਾਡਾ ਗਾਣਾ ਸੀ ਵੀਰ ਸਿੰਘ ਵੀਰ ਹੋਣਾ ਲਿਖਿਆ ਸੀ ਮੇਰਾ ਕੀ ਕਸੂਰ ਬਹੁਤ ਧੰਨਵਾਦ ਮੇਰਾ ਆਉਣ ਦਾ ਮਕਸਦ ਵੀ ਇਹੀ ਸੀ ਕਿਉਂਕਿ ਜਿਹੜੀ ਇੱਕ ਸਪੋਰਟ ਮਿਲੀ ਸਾਨੂੰ ਉਹ ਬਹੁਤ ਹੀ ਵੱਡੇ ਲੈਵਲ 'ਤੇ ਮਿਲੀ ਹਾਲਾਂਕਿ ਪਿਛਲੇ 4 ਸਾਲ ਤੋਂ ਅਸੀਂ ਇਹ ਗਾਣੇ ਦੀ ਪਲੈਨਿੰਗ ਕਰ ਰਹੇ ਸੀ ਸਾਨੂੰ ਇੱਦਾਂ ਲੱਗਦਾ ਸੀਗਾ ਕਿ ਸ਼ਾਇਦ ਹੋ ਸਕਦਾ ਇੱਦਾਂ ਦੇ ਗਾਣੇ ਅੱਜ ਕੱਲ੍ਹ ਕੋਈ ਸੁਣਦਾ ਨਹੀਂ ਮੈਂ ਜਦੋਂ ਲੋਕਡਾਊਨ ਸ਼ੁਰੂ ਹੋਇਆ ਤਾਂ ਮੈਂ ਵੀਰ ਸਿੰਘ ਵੀਰ ਨੂੰ ਕਿਹਾ ਮੈਂ ਕਿਹਾ ਵੀਰ ਜੀ ਵੀ ਗਾਣਾ ਪੂਰਾ ਕਰ ਦਈਏ ਵੀ ਇੱਕ ਸਥਾਈ ਅਤੇ ਇੱਕ ਅੰਤਰਾ ਲਿਖਿਆ ਆ ਅਤੇ ਮੈਨੂੰ ਇੱਦਾਂ ਲੱਗਦਾ ਵੀ ਇੱਦਾਂ ਦੇ ਗਾਣੇ ਅੱਜ ਕੱਲ੍ਹ ਕੋਈ ਸੁਣਦਾ ਨਹੀਂ ਚਲੋ ਆਪਾਂ ਇੱਕ ਆਪਣੇ ਪੇਜ 'ਤੇ ਪਾ ਦਿੰਦੇ ਹਾਂ ਨਾ ਕੋਈ ਸੁਣੂਗਾ ਤਾਂ ਚਲੋ ਇੱਕ ਫਿਰ ਵੀ ਹਾਜ਼ਰੀ ਜੀ ਲੱਗ ਜੂਗੀ ਪਰ ਉਹ ਗਾਣੇ ਦੇ ਬਾਅਦ
ਸਾਨੂੰ ਇਹ ਪਤਾ ਚੱਲਿਆ ਕਿ ਜਿਹੜੀ ਇੱਕ ਜ਼ਹਿਰ ਆ ਜਿਹੜੀ ਇੱਕ ਨਫ਼ਰਤ ਆ ਉਹ ਬਹੁਤ ਵੱਡੇ ਲੈਵਲ 'ਤੇ ਵੇਖਣ ਨੂੰ ਮਿਲੀ ਕਿ ਮਤਲਬ ਕਿੱਦਾਂ ਹੋ ਸਕਦਾ ਜਿਸ ਇਨਸਾਨ ਨੂੰ ਪਰਮਾਤਮਾ ਨੇ ਭੇਜਤਾ ਨਾ ਤਾਂ ਕਿਸੇ ਦੇ ਮੱਥੇ ਦੇ ਉੱਤੇ ਮੋਹਰ ਲੱਗੀ ਆ ਕਿ ਇਹ ਫਲਾਣੀ ਜਾਤੀ ਦਾ ਬੰਦਾ ਆ ਜਾਂ ਇਹ ਛੋਟੀ ਜਾਤੀ ਦਾ ਬੰਦਾ ਆ ਜਾਂ ਇਹ ਉੱਚ ਜਾਤੀ ਦਾ ਬੰਦਾ ਆ ਕਿਸੇ ਦੇ ਵੀ ਨਹੀਂ ਪਰਮਾਤਮਾ ਨੇ ਮੋਹਰ ਲਈ ਸਭ ਨੂੰ ਉਹਨੇ ਇਕੁਅਲ ਭੇਜਿਆ ਸਭ ਦੇ ਉਹਨੇ ਉਹੀ ਅੰਗ ਪੈਰ ਲਾਇਆ ਉਹੀ ਸਵਾਦ ਲਾਇਆ ਉਹੀ ਅੱਖਾਂ ਲਾਈਆਂ ਉਹੀ ਕੰਨ ਲਾਏ ਪਰ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਚੌਧਰੀ ਬਣਾਤਾ ਜਿਨ੍ਹਾਂ ਨੂੰ ਆ ਛੋਟੀਆਂ ਛੋਟੀਆਂ ਜਾਂ ਤੁਸੀਂ ਕਮੇਟੀਆਂ ਦੇਤੀਆਂ ਸ਼ਹਿਰਾਂ ਦੇ ਵਿੱਚ ਹੀ ਜਾਂ ਕਸਬਿਆਂ ਦੇ ਵਿੱਚ ਹੀ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਵੀ ਯਾਰ ਖੌਰੇ ਅਸੀਂ ਸਮਾਜ ਨੂੰ ਚਲਾਉਣਾ ਹੈ ਜਾਂ ਅਸੀਂ ਜੋ ਕਹਾਂਗੇ ਉਹ ਹੀ ਸੱਚ ਹੋਊਗਾ ਸਾਨੂੰ ਬਹੁਤ ਸਾਰੀਆਂ ਧਮਕੀਆਂ ਬੜੇ ਐਸੇ ਐਂ ਕਰ ਦਾਂਗੇ ਉਹ ਕਰ ਦਾਂਗੇ ਪਰ ਮਸਲਾ ਧਮਕੀ ਦਾ ਨਹੀਂ ਮਸਲਾ ਇਹ ਨਹੀਂ ਕਿ ਕੋਈ ਕੀ ਕਰ ਦੂਗਾ ਮਸਲਾ ਇਹ ਸੀਗਾ ਕਿ ਨਫ਼ਰਤ ਇੰਨੇ ਵੱਡੇ ਲੈਵਲ 'ਤੇ ਆ ਕਿ ਤੁਸੀਂ ਯਾਰ ਹਮੇਸ਼ਾ ਉੱਚ ਕੋਟੀ ਦੇ ਲੋਕਾਂ ਨੂੰ ਤੁਸੀਂ ਪ੍ਰਫੁੱਲਿਤ ਕਰੋ ਉਹਨਾਂ ਨੂੰ ਪ੍ਰਮੋਟ ਕਰੋ ਤੁਸੀਂ ਕਿਸੇ ਉਸ ਵਰਗ ਦੀ ਗੱਲ ਨਹੀਂ ਕਰ ਸਕਦੇ ਜਿਹੜਾ ਵਰਗ ਪਹਿਲਾਂ ਹੀ ਦੱਬਿਆ ਹੋਇਆ ਹੈ ਤੁਹਾਡੇ ਬਾਬਾ ਅੰਬੇਦਕਰ ਜਿਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਪੜ੍ਹਾਈ ਦੇ ਨਾਲ ਜਾਂ ਇੱਕ ਚੰਗੀ ਸੋਚ ਦੇ ਨਾਲ ਜਦੋਂ ਸਮਾਜ ਦੇ ਵਿੱਚ ਨਿਕਲਿਆ ਜਾਂਦਾ ਤਾਂ ਸਮਾਜ ਜਿਹੜਾ ਆ ਤੁਹਾਨੂੰ ਸਲੂਟ ਕਰਦਾ ਤੁਸੀਂ ਬਾਬਾ ਅੰਬੇਦਕਰ ਦੀ ਸੋਚ ਨੂੰ ਬਹੁਤ ਪਹਿਰਾ ਦਿੰਦੇ ਹੋ ਬਾਬਾ ਰਵਿਦਾਸ ਬਾਬਾ ਵਾਲਮੀਕ ਉਹਨਾਂ ਸਾਰਿਆਂ ਦੇ ਤੁਸੀਂ ਬਹੁਤ ਪਹਿਰਾ ਦਿੰਦੇ ਹੋ ਔਰ ਉਹਨਾਂ ਨੇ ਹਮੇਸ਼ਾ ਜਿਉਂਦੇ ਰਹੋ ਉਹਨਾਂ ਨੇ ਹਮੇਸ਼ਾ ਬਾਬਾ ਰਵਿਦਾਸ ਹੋਣਾ ਨੇ ਕਿਰਤ ਕਰਨ ਦੀ ਤੁਹਾਨੂੰ ਬਲ ਬਖਸ਼ਿਆ ਬਾਬਾ ਅੰਬੇਦਕਰ ਹੋਣਾ ਨੇ ਉਹਨਾਂ ਨੇ ਹਮੇਸ਼ਾ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਉਹ ਚੇਅਰਮੈਨ ਸੀਗੇ ਤਾਂ ਉਹਨਾਂ ਨੇ ਮੈਨੂੰ ਲੱਗਦਾ ਕਿ ਹੁਣ ਵੀ ਉਹ ਇੱਕ ਹਾਲਾਤ ਪੈਦਾ ਹੋ ਚੁੱਕਿਆ ਕਿ ਸਾਨੂੰ ਆਪਣੇ ਹੱਕਾਂ ਪ੍ਰਤੀ ਸਾਨੂੰ ਆਪਣੀ ਸੋਚ ਜਿਹੜੀ ਆ ਉਹ ਬਜਾਏ ਮੋਬਾਈਲ ਫੋਨਾਂ ਦੇ ਜਾਂ ਬਜਾਏ ਅਸੀਂ ਇੱਥੋਂ ਇਸ ਇਹ ਕਹਿ ਕੇ ਉੱਠ ਜਾਈਏ ਵੀ ਯਾਰ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ ਪਰ ਸਾਰਿਆਂ ਦੇ ਨਾਲ ਨਹੀਂ ਆ ਕੱਲ੍ਹ ਨੂੰ ਜੇ ਅੱਜ ਕਿਸਾਨਾਂ ਦੇ ਉੱਤੇ ਜਾਂ ਧਾਰਮਿਕ ਗ੍ਰੰਥਾਂ ਦੇ ਉੱਤੇ ਹਮਲੇ ਹੋ ਰਹੇ ਆ ਪਿਛਲੇ ਕਿੰਨੇ 2-4 ਸਾਲਾਂ ਦੇ ਵਿੱਚ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਹੋਏ ਜਿਹੜੀ ਕਿ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ ਦੇ ਉੱਤੇ ਸਭ ਤੋਂ ਨਿੰਦਣਯੋਗ ਘਟਨਾ ਕਹਿ ਸਕਦੇ ਹਾਂ ਜੇ ਅੱਜ ਸਾਡੇ ਉੱਤੇ ਇਹ ਹਮਲੇ ਹੋ ਰਹੇ ਆ ਨਾ ਤਾਂ ਕੱਲ੍ਹ ਨੂੰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਵੀ ਧਾਰਮਿਕ ਗ੍ਰੰਥ 'ਤੇ ਕਿਸੇ ਵੀ ਧਾਰਮਿਕ ਜਿਹੜਾ ਇੱਕ ਸਥਾਨ ਆ ਉਹਦੇ ਉੱਤੇ ਹਮਲੇ ਹੋਣੇ ਹੀ ਹੋਣੇ ਆ ਤੁਹਾਨੂੰ ਪਾੜਨ ਦੀ ਸਾਨੂੰ ਤੁਹਾਡੇ ਨਾਲ ਪਾੜਨ ਦੀ ਤੋੜਨ ਦੀ ਕੋਸ਼ਿਸ਼ ਕੀਤੀ ਜਾਣੀ ਆ ਇਸੇ ਕਰਕੇ ਕਿ ਇਹ ਲੋਕ ਇਕੱਠੇ ਨਾ ਹੋ ਜਾਣ ਹਮੇਸ਼ਾ ਇਹ ਇੱਕ ਰੂਲ ਇੱਕ ਰੈਗੂਲੇਸ਼ਨ ਵੱਡੀਆਂ ਉੱਚ ਕੋਟੀ ਦੀਆਂ ਸਰਕਾਰਾਂ ਦਾ ਕਮੇਟੀਆਂ ਦਾ ਰਿਹਾ ਆ ਤੁਸੀਂ ਦੇਖ ਲਓ ਇਹਨਾਂ ਨੂੰ 25-25 ਗਨਮੈਨ ਦਿੱਤੇ ਆ ਜਿਹੜੇ ਬਦਮਾਸ਼ ਬਣਦੇ ਆ ਜਿਹੜੇ ਜਾ ਕੇ ਉੱਥੇ ਅਨਾਊਂਸ ਕਰਦੇ ਐਂ ਕਰ ਦਾਂਗੇ ਉਂ ਕਰ ਦਾਂਗੇ ਖੈਰ ਸਾਡੇ ਕੋਲ ਤਾਂ ਗਨਮੈਨ ਨਹੀਂ ਨਾ ਹੀ ਅਸੀਂ ਗਨਮੈਨ ਲੈਣਾ ਆ ਸੋ ਅਸੀਂ ਕਦ ਲਈ ਲੈਣਾ ਅਸੀਂ ਕਿਹੜਾ ਕਿਸੇ ਨੂੰ ਫੜਨਾ ਆ ਅਸੀਂ ਤਾਂ ਗੱਲ ਕਰਨੀ ਆ ਇੱਕ ਠੋਕ ਕੇ ਕਰਨੀ ਆ ਬੋਲਣਾ ਆ ਗਾਣਾ ਵੀਰ ਨੇ ਲਿਖਿਆ ਅਸੀਂ ਗਾਤਾ ਜਿਹੜੀ ਕਲਮ ਆ ਉਹ ਤਲਵਾਰ ਤੋਂ ਵੀ ਖਤਰਨਾਕ ਹੁੰਦੀ ਹੈ ਜੋ ਤੁਸੀਂ ਬੋਲ ਦੇਣਾ ਆ ਉਹ ਤੁਸੀਂ ਤਲਵਾਰ ਨਾਲ ਵੀ ਫੱਟ ਨਹੀਂ ਲਾ ਸਕਦੇ ਜੋ ਤੁਸੀਂ ਕਲਮ ਨਾਲ ਫੱਟ ਲਾ ਦੇਣਾ ਸੋ ਸਾਡਾ ਐਸੇ ਬਹੁਤ ਸਾਰੇ ਹੋਰ ਗਾਣੇ ਤਿਆਰ ਆ ਗੀਤ ਤਿਆਰ ਆ ਜਿਹੜੇ ਆਉਣ ਦੇ ਸਮੇਂ ਦੇ ਨਾਲ ਨਾਲ ਅਸੀਂ ਗਾਵਾਂਗੇ ਕਿਉਂਕਿ ਸਾਡਾ ਇੱਕ ਫਰਜ਼ ਆ ਅਸੀਂ ਇੱਕ ਕਲਚਰ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ ਅਸੀਂ ਇੱਕ ਉਹ ਵੀ ਇੱਕ ਸਮਾਜ ਦਾ ਹਿੱਸਾ ਆ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਅਸੀਂ ਕਿਸਾਨਾਂ ਦਾ ਜਿਹੜਾ ਪਿਛਲੇ 40-50 ਦਿਨਾਂ ਤੋਂ ਇੱਕ ਲੋਕ ਭੁੱਖੇ 'ਤੇ ਆਏ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਾਂ ਜਿਹੜੇ ਅਕਸਰ ਲੋਕ ਜਿਹੜੇ ਹਮੇਸ਼ਾ ਲੜੇ ਉਹ ਬੈਠੇ ਹੋਏ ਆ ਸੋ ਸਾਨੂੰ ਲੋੜ ਆ ਤੁਸੀਂ ਵੀ ਸਾਥ ਦਿਓ ਤੁਸੀਂ ਅੱਜ ਆਏ ਹੋ ਤੁਹਾਡਾ ਬਹੁਤ ਧੰਨਵਾਦ ਔਰ ਇਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਲੈ ਕੇ ਜਾਇਓ ਕਿ ਜੇ ਕਿਸਾਨੀ ਮਰੀ ਤਾਂ ਸਾਰਾ ਪੰਜਾਬ ਮਰੂਗਾ ਸਾਰਾ ਸੂਬਾ ਮਰੂਗਾ ਸਾਨੂੰ ਲੋੜ ਆ ਅੱਜ ਲੋਕਾਂ ਦੇ ਨਾਲ ਖੜਨ ਦੀ ਲੋਕਾਂ ਦਾ ਸਾਥ ਦੇਣ ਦੀ ਅਤੇ ਆਪਣੇ ਆਪ ਨੂੰ ਬਚਾ ਕੇ ਰੱਖਿਓ ਆਪਣੀ ਜਿਹੜੀ ਜਾਤੀ ਪਾਤੀ ਦੀ ਜਿਹੜੀ ਇੱਕ ਨਫ਼ਰਤ ਆ ਉਹਨੂੰ ਦੂਰ ਕਰਕੇ ਰੱਖਿਓ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ ਜੇ ਤੁਸੀਂ ਸਾਡੇ ਨਾਲ ਅੱਜ ਖੜ੍ਹੇ ਹੋ ਨਾ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਜਿੱਥੇ ਬੁਲਾਓਗੇ ਜੇ ਨਾ ਆਏ ਤਾਂ ਫਿਰ ਗੱਲ ਕਰਿਓ ਗੱਲ ਇਹ ਨਹੀਂ ਕਿ ਮਾਈਕ ਦੇ ਵਿੱਚ ਕਹਿ ਕੇ ਤੁਸੀਂ 4 ਤਾੜੀਆਂ ਮਰਵਾ ਕੇ ਚਲੇ ਜਾਓ ਵੀ ਮੇਰੀ ਬੜੀ ਬੱਲੇ ਬੱਲੇ ਹੋਊ ਇੱਦਾਂ ਦੇ ਬੰਦੇ ਨਹੀਂ ਆ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਸਾਨੂੰ ਜਿੱਥੇ ਵੀ ਆਉਣਾ ਪਿਆ ਪਰ ਪਰਮਾਤਮਾ ਕਰੇ ਵੀ ਇੱਦਾਂ ਦੀ ਕੋਈ ਹਰਕਤ ਹੀ ਨਾ ਹੋਵੇ ਕਿ ਕਦੇ ਵੀ ਤੁਹਾਨੂੰ ਜਿਹੜਾ ਰੋਡ ਜਾਮ ਕਰਨੇ ਪੈਣ ਜਾਂ ਤੁਹਾਨੂੰ ਤੁਹਾਡੇ ਧਰਮ ਦੀ ਰਾਖੀ ਦੇ ਲਈ ਇੰਨੇ ਨੀਵੇਂ ਪੱਧਰ 'ਤੇ ਆ ਕੇ ਇਹਨਾਂ ਦੇ ਨਾਲ ਬੈਸਣਾ ਪਵੇ ਪਰਮਾਤਮਾ ਕਿਰਪਾ ਕਰੇ ਪੰਜਾਬ ਸੁਖੀ ਵਸੇ ਪੰਜਾਬ ਦੇ ਲੋਕ ਸੁਖੀ ਵਸਣ ਔਰ ਚੜ੍ਹਦੀ ਕਲਾ 'ਚ ਰਹੇ ਮੈਂ ਜਕਾਰੇ ਦੇ ਨਾਲ ਤੁਹਾਡੇ ਸਾਰਿਆਂ ਦਾ ਸਾਥ ਰਹੂੰਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ